जगजीत सिंह जी रेडी है बर्गर जी? हाँ जी रेडी है जी। आपा दिखाओ जरा बर्गर जरा। ओए होए होए एड्डा कुछ पाया भाई, की कुछ पाया है? पहला बेस थे हरी चटनी, बेस हरी चटनी, फिर अब प्याज रेड, फिर लेटस, फिर टिक्की, फिर खीरा, घर दी बनी हुई टिक्की, घर दी बनी हुई चटनी, वधिया जी नूडल्स, उत्ते वाइट सॉस ते उत्ते केचप, ते ए है ना दा कैंट पंजाबी जंक्शन दा बर्गर। किन्ना प्राइस है भाजी? $8.99 $9 ਦਾ ਬਰਗਰ ਹੈ। ਰੈਡ ਅਨੀਅਨ ਪਾ ਕੇ ਵੀ ਤੁਸੀਂ ਪ੍ਰਾਈਸ ਨਹੀਂ ਵਧਾਇਆ, ਪ੍ਰਾਈਸ ਨਹੀਂ ਵਧਾਇਆ। ਕੀ ਬਾਤ ਹੈ। ਸੋ ਇਹ ਇਹਨਾਂ ਦਾ ਲੋਡਡ ਦਾ ਬਰਗਰ, ਕਰ ਦੋ ਪੈਕ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਜਗਜੀਤ ਸਿੰਘ ਹੈ ਜੀ। ਮੈਂ ਬਰਗਰ ਬਣਾਉਣ ਲੱਗਿਆ, ਨੂਡਲ ਟਿੱਕੀ ਬਣੀ ਬਰਗਰ। ਆਣਾ ਕਿੱਥੇ ਹੈ? ਕੈਨ ਪੰਜਾਬੀ ਜੰਕਸ਼ਨ 72 ਔਰੰਡਾ। ਤੇ ਖਾਲਸਾ ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਜਗਜੀਤ ਸਿੰਘ ਹੈ ਜੀ। ਫੂਡ ਟਰੱਕ ਕੈਨ ਪੰਜਾਬੀ ਜੰਕਸ਼ਨ ਤੇ ਮੈਂ ਬਰਗਰ ਬਣਾਉਣ ਲੱਗਿਆ, ਨੂਡਲ ਪਨੀਰ ਟਿੱਕੀ ਬਰਗਰ। ਸੋ ਜਗਜੀਤ ਸਿੰਘ ਜੀ ਕੀ ਸੀ ਨਾ, ਕਿਵੇਂ ਸ਼ੁਰੂਆਤ ਹੁੰਦੀ ਹੈ ਬਰਗਰ ਦੀ? ਆਪਾਂ ਜੀ ਫਿਰੋਂ ਦੇਸੀ ਘਿਓ ਲਾ ਕੇ ਇਹਨੂੰ ਕਰੀਦਾ ਕਰੰਚੀ। ਦੇਸੀ ਘਿਓ ਨਾਲ ਬਨ ਨੂੰ ਕਰੰਚੀ ਕਰ ਦਿੱਤਾ ਜਾਂਦਾ? ਹਾਂਜੀ। ਕੀ ਬਾਤ। ਫਿਰ ਆਪਾਂ ਗ੍ਰੀਨ ਚਟਨੀ ਲਾਵਾਂਗੇ। ਆਹ ਜਿਹੜੀ ਚਟਨੀ ਹੈ ਇਹ ਖਾਸ ਹੈ, ਇਹਦੇ ਵਿੱਚ ਕੁਝ ਸਪੈਸ਼ਲ ਪਾਇਆ ਹੁੰਦਾ? ਆਹ ਮਸਾਲੇ ਆ ਜਿਹਨੇ ਚ ਪਾਏ। ਓਏ ਹੋਏ ਇਹ ਤਾਂ ਭਾਵੇਂ ਤੁਸੀਂ ਪਰੌਂਠੀ ਨਾ ਖਾਲੋ ਉਦਾਂ ਹੀ ਬੜੀ ਸਵਾਦ ਲੱਗੇ। ਤੇ ਬੇਸ ਤੇ ਤੁਸੀਂ ਇੰਨੀ ਸੋਹਣੀ, ਕੋਈ ਆਰਟੀਫੀਸ਼ੀਅਲ ਮੇਅਨੀਜ਼ ਨਹੀਂ ਲਗਾ ਰਹੇ ਆਪਾਂ। ਕੀ ਬਾਤ ਹੈ, ਬਹੁਤ ਵਧੀਆ। ਆਪਾਂ ਪਾਉਣਾ ਪਿਆਜ, ਅਨੀਅਨ ਦਾ ਵਧੀਆ ਦਾ ਸਲਾਈਸ। ਭਾਜੀ ਰੈੱਡ ਅਨੀਅਨ ਤਾਂ ਬਹੁਤ ਮਹਿੰਗੇ ਨੇ, $40-50 ਦਾ ਹੁੰਦਾ ਗੱਟਾ। ਅਸੀਂ ਕਹਿ ਗਿਆ $50 ਹੋ ਗਿਆ ਜੀ, $50 ਪਰ ਅਸੀਂ ਰੇਟ ਨਹੀਂ ਵਧਾਇਆ। ਜਿੰਨਾ ਮਾਰਕੀ ਮਹਿੰਗਾ ਹੋਵੇ, ਜਿਹੜੀ ਚੀਜ਼ ਹੈ ਨਾ ਕੁਆਲਿਟੀ ਚ ਨਾ ਕੁਆਂਟੀਟੀ ਚ ਕੋਈ ਫਰਕ ਨਹੀਂ। ਹੁਣ ਪਿਆਜ, ਰੈੱਡ ਅਨੀਅਨ ਪਾਤਾ ਤੇ ਲੈਟਸ ਦਾ ਟੁਕੜਾ ਵੀ ਪਾਓਗੇ। ਕੀ ਬਾਤ। ਸੋ ਪੂਰਾ ਕਲਰਫੁਲ ਬਰਗਰ ਹੋਏਗਾ, ਵੱਖਰਾ ਹੀ ਦਿਖੇਗਾ। ਪਤਾ ਕੀ ਹੋਇਆ। ਸੋ ਨੂਡਲ ਦਿਖਾਓ ਜਰਾ ਤੇ ਟਿੱਕੀ ਵੀ ਦਿਖਾਓ। ਹਾਂਜੀ ਟਿੱਕੀ ਹੈ ਜੀ, ਅਸੀਂ ਆਪ ਬਣਾਉਂਦੇ ਹਾਂ ਜੀ। ਐ ਨਿਕਲੇ ਆਲੂ ਹੈ ਜੀ, ਇਹਦੇ ਮਸਾਲੇ ਪਾਈਦੇ ਆਪਦੇ ਘਰ ਦੇ ਬਣਾਏ ਹੋਏ। ਘਰ ਦੇ ਮਸਾਲੇ ਕਿੰਨੀਆਂ ਕਿ ਟਿੱਕੀਆਂ ਦਿਨ ਚ ਲੱਗਦੀਆਂ ਹੋਣਗੀਆਂ? ਟਿੱਕੀਆਂ ਜੀ 120 110 ਤੱਕ ਲੱਗ ਜਾਂਦੀਆਂ ਜੀ ਹੁਣ। ਇੱਕ ਦਿਨ? ਹਾਂਜੀ ਹਾਂਜੀ ਲੱਗ ਜਾਂਦੀਆਂ। ਕਿਵੇਂ 150 ਵੀ ਲੱਗ ਜਾਂਦੀ? 150 ਟਿੱਕੀਆਂ ਇੱਕ ਦਿਨ ਦੀ। ਟਿੱਕੀ ਦਾ ਸਾਈਜ਼ ਦੇਖੋ, ਸਾਈਜ਼ ਦੇਖੋ, ਕਰੰਚ ਦੇਖੋ, ਤੇ ਨੂਡਲਾਂ ਵੀ ਬਹੁਤ ਵਧੀਆ ਨੇ ਤੇ ਬਨ ਪੂਰਾ ਟੋਸਟ ਕੀਤਾ ਹੋਇਆ। ਹਾਂਜੀ। ਉਸ ਤੋਂ ਬਾਅਦ ਪਨੀਰ ਦੀ ਸਲਾਈਸ। ਪਨੀਰ ਦੀ ਸਲਾਈਸ ਏਡੀ ਵੱਡੀ? ਹਾਂਜੀ। ਕੀ ਬਾਤ। ਫਿਰ ਆਪਾਂ ਪਾਉਂਗੇ ਖੀਰੇ। ਖੀਰੇ ਹਾਂਜੀ, 3 ਪੀਸ ਖੀਰੇ, 1 ਟਮਾਟਰ ਦਾ ਪੀਸ। ਫਿਰ ਟਮਾਟਰ ਦਾ ਹੋਊਗਾ ਜੀ। ਓਏ ਹੋਏ ਕੀ ਬਾਤ ਹੈ। ਉਸ ਤੋਂ ਬਾਅਦ ਉੱਪਰ ਆਪਾਂ ਪਾਵਾਂਗੇ ਨਿਊਡਲ। ਨਿਊਡਲਾਂ ਦਿਖਾਓ ਜਰਾ। ਹਾਂਜੀ ਵਾਹ ਜੀ, ਮਸਾਲੇਦਾਰ ਨਿਊਡਲਾਂ ਨੇ। ਪਿਆਜ਼, ਸ਼ਿਮਲਾ ਮਿਰਚ ਪਾਈ ਹੈ ਨਾ? ਹਾਂ ਸਾਰਾ ਪਾਇਆ ਜੀ, ਪਿਆਜ਼, ਮਿਰਚ। ਕਰ ਦਿਓ ਜਰਾ, ਤੁਹਾਡੇ ਘਰ ਦੇ ਆਪਦੇ ਮਸਾਲੇ ਪਾਏ ਵਿੱਚ। ਇਹ ਹੈ ਇਹਨਾਂ ਦਾ ਪਨੀਰ ਨਿਊਡਲ ਟਿੱਕੀ ਬਰਗਰ। ਉੱਤੇ ਮੇਓ ਹੈ ਭਾਜੀ? ਹਾਂਜੀ, ਵਾਈਟ ਮੇਓ ਹੋ ਗਈ ਤੇ ਥੋੜ੍ਹੀ ਜਿਹੀ ਕੈਚਅਪ ਹੋ ਗਈ। ਕੈਚਅਪ ਹੋ ਗਿਆ। ਕੀ ਬਾਤ ਹੈ। ਆਪਣਾ ਹੋ ਗਿਆ ਬਰਗਰ ਰੈਡੀ ਜੀ। 2 ਸੈਕਿੰਡ ਦਾ ਦਿਖਾ ਦਿਓ ਜਰਾ ਮਾੜਾ ਜਿਹਾ। ਹਾਂਜੀ। ਓਹ ਕੀ ਬਾਤ। ਸੋ ਲੈ ਆਓ ਇਹਨੂੰ।